जैसे ही थोड़ी मुलाकात करवाने जा रहे हैं मक्खन सिंह जी दे नाल, जो कि हलका बंगा तो श्रोमणी अकाली दल अमृतसर दे उम्मीदवार ने। साडी टीम नाल गलबात करदे हां, मक्खन सिंह जी ने सरदार सिमरनजीत सिंह मान दी बेहद तारीफ कीती। उन्होंने कहा कि जे 2022 विच श्रोमणी अकाली दल अमृतसर दी सरकार आउंदी है ता पंजाब मुड़ तरक्की दी राह वल अग्रसर हो जाएगा। सारे रुके हुए काम बड़ी तेजी दे नाल पूरे कीते जाणगे। आओ करदे हां गलबात मक्खन सिंह जी दे नाल। मेरा नाम मक्खन सिंह तारपुरी है, श्रोमणी अकाली दल अमृतसर तो असी उम्मीदवार हाँ। बंगा विधानसभा के जिहड़े जिते हुए उम्मीदवार भी ने उन्होंने वो काम नहीं किए जिहड़े असी किए। बंगिया के ब्रज फ्लाईओवर की गल सी, किसानों की जमीन के विचों निकलना थी बाईपास, उन्होंने असी अपने संघर्ष के दौर पर सरदार जसकरन सिंह सरनाल जी वो करके असी शहर के बच्च ब्रिज बनाया तो शहर के लोगों लखा ही रुपये मिले, जिदे नाल शहर के लोग सानू लाइक करते कहते ठीक है। और वड्डी गल शहर के लोग यह चाहते हैं जिन्हां दियां दुकानां सी 200-400 ते चढ़ियां आ, अज उन्होंने करोड़ करोड़ रुपया मिल गए। ਮਾਨ ਸਾਹਿਬ ਨਾਲ ਮਾਨ ਸਿੰਘ ਨਾਲ ਸਾਰ ਰਲ ਕੇ ਤਾਰਪੁਰੀ ਸਾਹਿਬ ਸਾਹਿਬ ਰਲ ਕੇ ਸਾਰੇ ਜਨਤਾ ਸਾਰੀ ਰਲ ਕੇ ਨਾਲ ਅੰਗਰੇਜ਼ਾਂ ਨੂੰ ਕੱਢਣ ਦੇ ਲਈ ਸਾਡੇ ਲੱਖਾਂ ਹੀ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਆ ਉਹੀ ਰਾਜ ਨੂੰ ਤਾਂ ਮਾਨ ਸਾਹਿਬ ਸਥਾਪਿਤ ਕਰਨਾ ਚਾਹੁੰਦੇ ਆ। ਦੂਸਰੀ ਗੱਲ ਜੇ ਸਾਡੇ ਬੱਚੇ ਸਾਡਾ ਦੇਸ਼ ਛੱਡ ਕੇ ਆਈਲੈਂਡਸ ਕਰਕੇ ਬਾਹਰ ਜਾ ਰਹੇ ਆ, ਅਸੀਂ ਚਾਹੁੰਦੇ ਹਾਂ ਕਿ ਸਾਡੇ ਜੇ ਸਾਡੇ ਬੱਚੇ ਨੂੰ ਇੱਥੇ ਇੱਕ ਬੱਚੇ ਨੂੰ 50,000 ਦੀ ਨੌਕਰੀ ਮਿਲੀ, ਉਹ ਕਿਉਂ 20 ਲੱਖ ਆਪਣੇ ਕਿਉਂ ਉਹਦਾ ਬਾਪ ਫਾਹਾ ਲੈ ਕੇ ਮਰੂਗਾ। ਦੇਖੋ 20-20 ਲੱਖ ਲਾ ਕੇ ਆਈਲੈਂਡਸ ਕਰਕੇ ਲੋਕ ਚਲ ਗਏ ਬਾਹਰ, ਉਹ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ। ਅਸੀਂ ਵਿਦੇਸ਼ ਜਾ ਕੇ ਦੇਖਿਆ ਸੜਕਾਂ 'ਤੇ ਰੋਲ ਰਹੇ ਨੇ। ਇਹ ਕਹਿੰਦੇ ਆ ਵੀ ਜਿਹੜਾ ਗਰੀਬ ਸਮਾਜ ਆ ਜਿਹੜੇ ਦਬਲਿਆ ਗੁਜਲਿਆ 85% ਜੇ ਉਹਦਾ ਬੱਚਾ ਪੜੂਗਾ ਹੀ ਨਹੀਂ ਉਹ ਕਿਵੇਂ ਇੰਜੀਨੀਅਰ ਬਣੂਗਾ, ਉਹ ਕਿਵੇਂ ਡਾਕਟਰ ਬਣੂਗਾ। ਪੰਜਾਬ ਦੀ ਸਰਕਾਰ ਕੋਲ ਤਾਂ ਡਾਟਾ ਹੀ ਹੈ ਨਹੀਂ ਕਿ ਸਾਨੂੰ ਡਾਕਟਰ ਕਿੰਨੇ ਚਾਹੀਦੇ ਆ, ਸਾਨੂੰ ਵਕੀਲ ਕਿੰਨੇ ਚਾਹੀਦੇ ਆ, ਸਾਨੂੰ ਇੰਜੀਨੀਅਰ ਕਿੰਨੇ ਚਾਹੀਦੇ ਆ, ਸਾਨੂੰ ਇਲੈਕਟ੍ਰੋਨਿਕ ਦੇ ਮੀਡੀਆ ਦੀ ਸਟੇਟਮੈਂਟ ਕੀ ਚਾਹੀਦੀ ਆ। ਮੀਡੀਆ ਦੇ ਉੱਤੇ ਵੀ ਆਪਣਾ ਕਬਜ਼ਾ, ਵਧੀਆ ਚੈਨਲ ਚੱਲਦਾ ਹੋਵੇ ਇਹ ਉਹਨਾਂ 'ਤੇ ਕਬਜ਼ਾ ਕਰ ਲੈਂਦੇ। ਜਿਹੜੀ ਸਰਕਾਰ ਆ ਜੇ ਤਾਂ ਲੋਕ ਆਪਣੇ ਬੱਚਿਆਂ ਦਾ ਵਧੀਆ ਭਵਿੱਖ ਚਾਹੁੰਦੇ ਆ, ਜਾਂ ਜੇ ਟਰਾਂਸਪੋਰਟਰ ਆਪਣਾ ਵਧੀਆ ਬਿਜ਼ਨਸ ਚਾਹੁੰਦੇ ਆ, ਜਾਂ ਪੰਜਾਬ ਨੂੰ ਮਾਫੀਆ ਗੈਂਗ ਤੋਂ ਬਚਾਉਣਾ ਚਾਹੁੰਦੇ ਆ, ਫਿਰ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਆਉਣਾ ਚਾਹੀਦਾ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਨਾ ਮੇਰੀ ਸਰਕਾਰ ਸੀ, ਸਾਲੋਂ ਤੋਂ ਬੰਗਾ ਰੋਡ ਟੁੱਟਾਇਆ ਸੀ, ਅਸੀਂ 15 ਕਿਲੋਮੀਟਰ ਦਾ ਹੈਕ ਦੀ ਜ਼ੋਰ 'ਤੇ ਬਣਵਾਇਆ। ਬਹਿਰਾਮ ਤੋਂ ਮਾਲਪਾ ਰੋਡ ਸੀ ਉਹ ਹੈਕ ਦੀ ਜ਼ੋਰ 'ਤੇ ਬਣਵਾਇਆ, ਫਗਵਾੜੇ ਤੋਂ ਮਕੰਦਪੁਰ ਰੋਡ ਹੀ ਟੁੱਟਾਇਆ ਸੀ ਅਸੀਂ ਧਾਰਾਂ ਲਾ ਕੇ ਬਣਾਇਆ, ਫਲੌਰ ਤੋਂ ਅਪਰਾ ਰੋਡ ਟੁੱਟੀ ਉਹ ਸੜਕ ਸੀ, ਤੁਸੀਂ ਵੀ ਸ਼ਾਇਦ ਦੇਖਿਆ ਹੋਣਾ, ਹੁਣ ਵੀ ਤੁਸੀਂ ਕਾਏ ਹੋਣੇ ਆ ਸੜਕ ਰੋਡ ਕਰ। ਹੁਣ ਤੁਸੀਂ ਦੇਖੋ ਬਹਿਰਾਮ ਇਹ ਸੜਕ ਬ੍ਰਿਜ ਬਣਿਆ ਔਰ ਇੱਕ ਕੱਟ ਟੀ ਪੁਆਇੰਟ ਬਣਿਆ, ਉੱਥੇ ਇਹਨਾਂ ਨੇ ਕੱਟ ਨਹੀਂ ਦਿੱਤਾ, ਅਸੀਂ ਸੰਘਰਸ਼ 'ਚ ਲੜਿਆ ਅਤੇ ਉਹਦਾ ਮੈਂ ਤੁਹਾਨੂੰ ਦੇ ਦਿੰਦਾ, ਉਹ ਅਸੀਂ ਪੁਲ ਮਨਜ਼ੂਰ ਕਰਾਇਆ। ਕਿਉਂ ਨਾ ਤਾਂ ਸਾਡੀ ਸਰਕਾਰ ਇੱਕੋ ਹੀ ਸਾਡੇ 'ਚ ਕੁਆਲਿਟੀ ਹੈਗੀ ਆ ਕਿ ਨਾ ਅਸੀਂ ਕਿਸੇ ਤੋਂ ਪੈਸੇ ਦੀ ਗੱਲ ਆ, ਅਸੀਂ ਲਾ ਨੂੰ ਪੜਿਆ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ, ਅਤੇ ਦੂਜੀ ਗੱਲ ਵਾ ਅਸੀਂ ਨਿਰਪੱਖਤਾ ਦੀ ਗੱਲ ਕਰਦੇ ਹਾਂ, ਅਸੀਂ ਸਮਾਜ ਲਈ ਕਰਦੇ ਹਾਂ, ਸਮਾਜ ਦੇ ਨਿਰਪੱਖਤਾ ਲਈ ਕਰਦੇ ਹਾਂ, ਉਹਦੇ ਜਿਹੜੇ ਅਸੀਂ ਆਪਣੇ ਫਾਇਦੇ ਲਈ ਨਹੀਂ ਕਰਦੇ। ਕੋਈ ਇਹਦਾ ਨਿਆੜਾ MBBS ਕਰਨਾ ਚਾਹੁੰਦਾ, ਕੋਈ ਡਾਕਟਰ ਬਣਨਾ ਚਾਹੁੰਦਾ, ਕੋਈ ਵਕੀਲ ਬਣਨਾ ਚਾਹੁੰਦਾ, ਕੋਈ ਮਤਲਬ ਜਿੱਦਾਂ ਦੀ ਐਜੂਕੇਸ਼ਨ ਲੈਣਾ ਚਾਹੁੰਦਾ, ਜਿੰਨੇ ਕਿ ਸਾਡੇ ਕੋਲ ਪੈਸੇ ਹੋਏ ਉਹਦੇ ਵਿੱਚ ਮਦਦ ਕਰ ਸਕਦੇ ਹਾਂ ਉਹ ਕਰਾਂ। ਇਹੀ ਸਾਡਾ ਮੁੱਖ ਆਦੇਸ਼ ਵਾ, ਇਹੀ ਸਾਡਾ ਜਿੰਦਾ, ਇਹੀ ਡਾਕਟਰ BR ਅੰਬੇਡਕਰ ਜੀ ਨੇ ਕਿਹਾ ਸੀ, ਇਹੀ ਸੰਤ ਜਨੈ ਸਰ ਪਟਿਆਲੇ ਨੇ ਕਿਹਾ ਸੀ, ਇਹਨੂੰ ਹੀ ਅਸਲ ਵਿੱਚ ਆਨੰਦਪੁਰ ਸਾਹਿਬ ਮੱਥਾ ਕਿਹਾ। ਪਛੀਦਾ ਜੀ ਪਹਿਲਾਂ ਵੀ ਮੈਂ ਬਾਹਰ ਨਹੀਂ ਰਹਿੰਦਾ ਰਹੀ ਹਾਂ, ਪਹਿਲਾਂ ਵੀ ਅਸੀਂ ਜਿੱਥੇ ਕਿਤੇ ਵੀ ਹੋਵੇ ਮੋਗੇ ਹੋਵੇ
कोई होर कि पंजाब के बच्चे पूरा हिस्सा लेने इस तरह कोई चंगा काम करने वास्ते सोचते हैं भी आह कम हो नशे तो दूर रहिए तो बाकी सारे रल मिल के कहीं धी भैन आवा कि ब्याह वाली वह कार्य करिए रल मिल के जो भी होंगे जी अभी मेरे धार्मिक साहब ना आई मान साहब की पार्टी ना आई असल कि 10 लाख तो उपर बंदा पक्का हो अमेरिका कनेडा कोई कंट्री नहीं असी उन्होंने कहना चाहते हाँ भी तुसी माड़ी मोटी तो अणख करो अरबा ही खरबा रुपये उन्होंने आप देते आपने की किया उन्होंने जिदन उन्होंने बजुर्ग दाड़ियाँ ठाणिया च पटवा सी उन्होंने पुलिस हरासमेंट करती सी जिमेदार रूड़ी असी मान साहब जाते थी जिदन राजभाग की गल आई उदन उन्होंने उस बंदे करोड़ों या अरबों रुपये देते की बनिया हुण जे आप दी आपां गल करदे हां 217 जिनी हवा नहीं आप दी आम आदमी का मतलब की से भी आम इत्थे वलंटियरां दीआं टिकटां विकियां जिस डिस्ट्रिक्ट आपां बैठे हाँ इत्थे 3 सीटां विकियां इत्थे सदर इत्थे जिहड़ा मुंडा वलंटियर सी उहनूं नहीं मिली ये चक्कवें जिन्हें नूं तां टिकटां दिंदे आ कि उन्होंने राज भागना कोई मतलब नहीं असी इलाके वोटर बेनती करते हैं कि मतलब पंजाब बचा लो 2022 जे हुण भी पंजाब गलत हथा जी डोर चल गया इच्छे का जिहड़ा पंजाब का इंडस्ट्री आ पंजाब की एजुकेशन आ पंजाब का व्यापारी आ पंजाब के लोग वा यही कहना चाहते हैं जिन्हों तो बचना चाहते हैं तो ऐस की कहते सी तख्त बदल दो ताज बदलो बेईमाना का राज हाँ जी बिल्कुल जी मैं पहला तो नहीं इतों छोटी उम्र में ही इधरले चंगे कामों वाले बस मेरा बहुत ख्याल हों जी पहला मैं ट्रांसपोर्ट महकमे रहे असी अपने गड्डिया भी सिखो साधे जी तो किसी के धी भैन किसी दुख तकलीफ होना जी आप दाखिल करा के आना जी तो कोई दुख नहीं कि ब्याह शादी कि धी भैन दे अभी सब तो पहला होंगे सके जी मेरे ख्याल मैं जी छोटा हों 1972-73 ट्रांसपोर्ट महकमे पै गया सगा जी उस तो बाद मेरे ख्याल मैं 3-4 हज़ार लड़कियां ने ब्याह किए हुए हैं जी ब्याह शादी में गड्डी लैके जाना जो होर कि नहीं हम किसी पैसे वो थोड़े बहुत सेवा हो गई या कोई किसी का मरीज बच्चा हो गया बीमार हो गया जी CMC हॉस्पिटल दाखिल होना जलंधर लग जाना लुधियाने लग जाना जी इस पर फिर मेरा नवे शहर इन्होंने अपने जल साहब ने कलैक्टर सर्टिफिकेट बनाया भी वधिया वधिया जनरेश बंदा भी यानी ये इस प्रचार का बहुत चंगा इंसान आ ये मेरा कलैक्टर सर्टिफिकेट जिन्हों आप कह दें भी शहर का वधिया नागरिक हाँ जी सानू तो बहुत साल हो गए देखद कोई यह बदलाव नहीं आया जी सू 65 साल हो गए तो कोई देखा है भी कुछ सारे इदा पंजाब लुटिया जा रहा कोई किसी का भला नहीं होंगे कोई हॉस्पिटल नहीं है चाहता तो ना ही कोई दवाई दारू नहीं ना कोई कोई स्कूल चाहते चाहिए हुए अभी तो चाहते हैं भी कोई होर बदलाव आए मान साहब जित के अगे आन तो अभी उन्होंने नाल सपोर्ट करते हैं जी तो बाकी हो सारे सारे बाहर साढ़े MLA वीर आ उन्होंने भी सपोर्ट करते सारे वह भी साड़ी करते हैं जी अभी यही चाहते हैं कि बदलाव आए तो कुछ पंजाब का बड़े नशे का बहुत ज़्यादा हो गया जी पंजाब तो अभी चाहते भी कोई बदलाव आए कोई चंगा इंसान आए मोहरे तो अभी उन्हें ना आए।